ਸੋ ਹੈ ਗਾਇਜ਼, ਕੀ ਹਾਲ ਚਾਲ? ਸਭ ਤੋਂ ਸਾਰੇ ਵਧੀਆ ਹੋਵੋਗੇ। ਅਮਰ ਸਿੰਘ ਚਮਕੀਲਾ ਅਫੀਸ਼ੀਅਲ ਟ੍ਰੇਲਰ, ਇਮਤਿਆਜ਼ ਅਲੀ, ਏ ਆਰ ਰਹਿਮਾਨ ਸਾਹਿਬ, ਦਿਲਜੀਤ ਦੋਸਾਂਝ, ਪਰਿਣੀਤੀ ਚੋਪੜਾ ਜੀ। ਪਹਿਲੇ ਲਲਕਾਰੇ ਨਾਲ ਮੈਂ ਡਰ ਗਈ। ਆਏ ਹਾਏ ਹਾਏ, ਕਿਆ ਬਾਤ ਹੈ। ਠੀਕ ਹੈ ਜੀ, ਹੁਣ ਇਹ ਡਾਇਰੈਕਟ ਕੀਤੀ ਹੈ ਇਮਤਿਆਜ਼ ਜੀ ਨੇ। ਏ ਆਰ ਰਹਿਮਾਨ ਸਾਹਿਬ ਦਾ ਮਿਊਜ਼ਿਕ ਹੈ, ਲਿਰਿਕਸ ਇਰਸ਼ਾਦ ਕਾਮਿਲ। ਬਹੁਤ ਸਾਰੇ ਐਸੇ ਗਾਣੇ ਹੈਗੇ ਦੇ ਵਿੱਚ ਜਿਹੜੇ ਇਹਨਾਂ ਨੇ ਖੁਦ ਕੰਪੋਜ਼ ਕੀਤੇ ਹਿੰਦੀ, ਜਿਹੜੇ ਜਿਹੜੇ ਉਹਨਾਂ ਦੇ ਅਸਲੀ ਗਾਣੇ ਉਹ ਪੰਜਾਬੀ 'ਚ ਨੇ, ਅਤੇ ਕੁਛ ਗਾਣੇ ਜਿਹੜੇ ਖੁਦ ਕੰਪੋਜ਼ ਕੀਤੇ ਉਹ ਹਿੰਦੀ 'ਚ ਨੇ। ਸੋ ਵੈਸੇ ਤਾਂ ਮੇਰੇ ਹਿਸਾਬ ਵਿੱਚ ਚਮਕੀਲੇ ਦੀ ਫਿਲਮ ਪੰਜਾਬੀ 'ਚ ਹੀ ਬਣਨੀ ਚਾਹੀਦੀ ਸੀ, ਪੰਜਾਬੀ ਕਰੈਕਟਰ ਆਓ। ਠੀਕ ਹੈ, ਬਟ ਇੱਕ ਬਹੁਤ ਵਧੀਆ ਬਹਾਨਾ ਚਲੋ ਯੂਜ਼ ਕਰ ਲੈਂਦੇ ਆ ਕਿ ਵਾਈਡਰ ਆਡੀਅੰਸ ਤੱਕ ਰੀਚ ਹੋਏਗੀ, ਦੇਖਦੇ ਹਾਂ। ਬਾਕੀ ਪੰਜਾਬੀ ਗਾਣੇ ਵੀ ਤਾਂ ਵਾਈਡਰ ਆਡੀਅੰਸ ਤੱਕ ਜਾ ਹੀ ਰਹੇ ਆ। चमकीला एल्विस ऑफ पंजाब, जो दुनिया भर में अपने गंदे और अश्लील गीतों के लिए जाना जाता है। और आपको तो बिल्कुल समझ नहीं आ रहा होगा क्यों। मैं बताता हूँ जी। अच्छा ठीक है, मतलब गंदे और अश्लील गाने दी एक वो कहते ना, ऑब्वियसली कहा जाता है कि चमकीले ने बहुत ऐसे गाने भी गाए जो आप फैमिली जो है कि नहीं सुन सकते, तो गल ठीक ही है। ਪਰ ਇੱਦਾਂ ਕਿਉਂ ਉਹਨੇ ਕੀਤਾ, ਉਸ ਚੀਜ਼ ਬਾਰੇ ਆਪਾਂ ਜਾਣਾਂਗੇ। ਲਾਈਕ ਇੱਕ ਇੱਕ ਜਸਟੀਫਿਕੇਸ਼ਨ ਦਿੱਤੀ ਗਈ ਹੈ ਫਿਲਮ, ਮੈਨੂੰ ਲੱਗ ਰਿਹਾ। ਭਾਈ ਜਰਾਬੇ ਬਣਾਤਾ ਹੂੰ ਕਾਰਖਾਨੇ ਮੇਂ, ਜਬਕਿ ਦਿਨ ਰਾਤ ਮੇਰੇ ਦਿਮਾਗ ਮੇਂ ਸੰਗੀਤ ਚੱਲ ਰਹਾ ਹੋਤਾ ਹੈ, ਔਰ ਮੈਂ ਜਰਾਬੇ ਬਣਾ ਰਹਾ ਹੂੰ। ਤੂੰ ਹੈ ਕੌਣ ਹੈ? ਆਜ ਕੁਛ ਨਹੀਂ ਹੂੰ ਜੀ। ਪਰ ਕੱਲ੍ਹ ਹੋ ਜਾਏਗਾ। ਹਾਂ ਇਸ਼ਕ ਮਿਟਾਏ ਹਾਏ ਹਾਏ, ਉਹ ਦਾੜੀ ਕਿੰਨੀ ਥੋੜੀ ਹੈ ਨਾ, ਡਿਫਰੈਂਟ ਜਿਹੇ ਤਰੀਕੇ ਦੀ। ਮਾਏ ਮੇਰਾ ਇਸ਼ਕ ਮਿਟਾਇਆ ਅਮਰ ਸਿੰਘ ਚਮਕੀਲਾ। ਮੇਰਾ ਨਾਮ ਹੀ ਗਲਤ ਬੋਲ ਦਿਆ, ਮੈਂ ਸੰਦੀਲਾ ਬੋਲਾ ਥਾ। ਉਹ ਤਾਂ ਜਾਣਾ ਯਾਰ, ਕੱਲ੍ਹ ਕੋ ਕੌਣ ਤੇਰਾ ਨਾਮ ਯਾਦ ਰੱਖਣੇ ਵਾਲਾ। ਲੋਕ ਹੀ ਲੁਚਪਣਾ ਸੁਣਨਾ ਚਾਹੁੰਦੇ ਨੇ, ਡਿਮਾਂਡ ਅਤੇ ਸਪਲਾਈ ਹੈ ਨਾ ਗਾਈਸ, ਗੱਲ ਠੀਕ। ਇੱਕ ਮੈਂ ਗੱਲ ਕਹਿੰਦਾ ਹੁੰਦਾ ਕਿ ਲੋਕ ਕਹਿੰਦੇ ਕਿ ਚਿੱਟਾ ਵੇਚਣ ਵਾਲਿਆਂ ਨੂੰ ਰੋਕੋ, ਮੈਂ ਇੱਕ ਗੱਲ ਸੋਚਦਾ ਨਾ ਕਿ ਜੇ ਕੋਈ ਪੀਣ ਖਾਣ ਵਾਲਾ ਨਹੀਂ ਹੋਊਗਾ, ਜੇ ਤੁਸੀਂ ਆਪਣੇ ਨਿਆਣੇ ਨੂੰ ਇੰਨਾ ਸਮਝਾ ਲਓ ਕਿ ਇਹ ਚੀਜ਼ਾਂ ਕਰਨੀਆਂ ਨਹੀਂ ਹੈਗੀਆਂ, ਪੀਣ ਖਾਣ ਵਾਲੇ ਨਹੀਂ ਹੋਊਗਾ, ਤਾਂ ਡਿਮਾਂਡ ਹੀ ਨਹੀਂ ਹੋਊਗੀ, ਸਪਲਾਈ ਕਿਹਨੂੰ ਕਰਨਗੇ। ਗੱਲ ਇਹ ਹੈ, ਸਾਜੀ ਕੋਈ ਲੜਕੀ ਚਾਹੀਏ ਹੋਤੀ ਥੀ ਨਾ, ਮਤਲਬ ਅਖਾੜੋ ਮੇਂ ਗਾਣੇ ਕੇ ਲੀਏ। ਆਪਨੇ ਕੋਈ ਗੀਤ ਸੁਣਾ ਮੇਰਾ? ਹਾਏ ਸੁਣਾਇਆ ਜੀ, ਨਾਈਸ ਐਕਟ ਕੀਤਾ ਯਾਰ ਪਰਿਣੀਤੀ ਜੀ ਨੇ ਗਾਣੇ ਕੇ ਲੀਏ। ਆਪਨੇ ਕੋਈ ਗੀਤ ਸੁਣਾ ਮੇਰਾ? ਸੁਣਾਇਆ ਜੀ। ਔਰ ਅਬ ਵੋ ਹੁਆ ਫਰੋਮ ਦ ਡਾਇਰੈਕਟਰ ਦਾ ਤਮਾਸ਼ਾ ਲਵ ਅੱਜ ਕੱਲ੍ਹ ਜਬ ਵੀ ਮੈਂ ਰੌਕ ਸਟਾਰ। ਦੋਨੋਂ ਨੇ ਮਿਲ ਕਰ ਬਹੁਤ ਸੇ ਹਲਕੇ ਗਾਣੇ ਗਾਏ, ਜੋੜੀ ਹਿੱਟ ਹੋ ਗਈ। ਆਪ ਜੋ ਕਹਿ ਰਹੇ ਥੇ ਨਾ, ਵੋ ਅਬ ਹੁਆ। ਵੋ ਤੋ ਮੇਰੇ ਜ਼ਮ ਲੰਗ ਥਾ ਗਰੀਬੋ ਕੇ ਵੋ ਸੰਗ ਮਜਲੂਮ ਕਾ ਮਸੀਹ ਹੋ ਕੇ ਲੋਗ ਸੇ ਉਤਾ ਕੇ ਜੂਤਾ ਸੇ ਉਸ ਕੀ ਕਟਿਆ, ਛੋਟੇ ਜੰਗ ਸੇ ਉਸ ਕੀ ਕਟਿਆ। ਤੇਰੇ ਕੇ ਛੁਪ ਕੇ ਸੁਣੀਂਗੇ, ਸੁਣ ਸੁਣ ਕੇ ਹਸੇਂਗੇ, ਹਸ ਹਸ ਕੇ ਮਰੇਂਗੇ। ਸੁਣ ਸਾਰੇ ਚਮਕੀ ਲਗੇ ਸੀ ਉਹ ਰੰਗ ਲੀਲਾ ਪੁੱਛਣੇ ਮੇ ਮਨ ਕੋਈ ਨਾ। ਕੀ ਕਲਾਕਾਰ ਮਹਾਨ ਹੈ, ਲੇਕਿਨ ਤੂੰ ਆਪਣਾ ਹੈ ਚਮਕੀਲੇ। ਓਏ ਹੋਏ ਹੋਏ, ਇੱਕ ਬਹੁਤ ਰਾਇ ਸਾਲਾ, ਐਸੀ ਬਾਤਾਂ ਲਿਖਤਾ ਹੈ ਮਰਦੋ ਕੇ ਬਾਰੇ ਮੇਂ ਜੀ। ਰੋਕਤਾ ਕਿਉਂ ਨਹੀਂ ਉਸੇ? ਮਾਰਾ ਚਮਕੀਲਿਆ, ਮਾਰਾ। ਵਾਰਨਿੰਗ ਦੇਣੇ ਬੁਲਾਇਆ ਮੈਨੇ ਤੁਝੇ, ਤੂੰ ਬਹੁਤ ਗੰਦੇ ਗਾਣੇ ਗਾਤਾ ਹੈ ਚਮਕੀਲਾ। ਯੇ ਬੰਦੂਕ ਵਾਲੇ ਕਾ ਤੂੰ ਕਾਮੇ ਕੋ ਲੇ ਚਲਾ ਨਾ, ਤੂੰ ਇਹ ਚਲਾਏਂਗੇ। ਅੱਛਾ, ਬਟ ਇਹ ਵੀ ਤਾਂ ਮੈਨੂੰ ਇੱਕ ਚੀਜ਼ ਨਾ ਸੁਣਨ 'ਚ ਮਿਲੀ ਸੀਗੀ ਕਿ ਚਮਕੀਲਾ ਨਾ ਇਹ ਕਈ ਵਾਰੀ ਸਟੇਜ 'ਤੇ ਚੜ੍ਹ ਕੇ ਵਾਰਮਗਾਰਦਾ ਹੁੰਦਾ ਸੀਗਾ ਖਾੜਕੂਆਂ ਨੂੰ ਕਿ ਆਓ ਦੇਖ ਲਾਂਗੇ ਕੀ ਕਰ ਲਾਂਗੇ ਇੱਦਾਂ ਕਰਕੇ। ਅਤੇ ਇੱਕ ਗੱਲ ਹੋਰ, ਚਮਕੀਲਾ ਅਤੇ ਮੂਸੇ ਵਾਲਾ ਇੱਕ ਦੀ ਕੰਪੇਅਰ ਨਹੀਂ ਹੋ ਸਕਦੇ,
ਚਮਕੀਲੇ ਦਾ ਲੈਵਲ ਆਫ ਸਿੰਗਿੰਗ ਮੂਸੇਵਾਲ ਦੀ ਲੈਵਲ ਆਫ ਸਿੰਗਿੰਗ 'ਚ ਬਹੁਤ ਫਰਕ ਆ। ਉਸ ਬੰਦੇ ਨੇ ਕਦੀ ਧੀ ਭੈਣ ਨੂੰ ਕੁਛ ਉੱਪਰ ਥੱਲੇ ਨਹੀਂ ਬੋਲਿਆ, ਉਹਨੇ ਮਤਲਬ ਕੁਛ ਇੱਦਾਂ ਦਾ ਕੀਤਾ ਹੀ ਨਹੀਂ ਕਿ ਜਿੱਦਾਂ ਆਪਾਂ ਕਹਿ ਸਕਦੇ ਕਿ ਉਹਨੇ ਕਿਸੇ ਵੀ ਦਾ ਕਿਸੇ ਔਰਤ ਦਾ ਕਦੀ ਕਿਰਦਾਰ ਦਾ ਕੁਛ ਗਲਤ ਕੰਮ ਕੀਤਾ ਹੋਵੇ, ਠੀਕ ਹੈ। ਅਤੇ ਉੱਧਰ ਆਪਾਂ ਚਮਕੀਲੇ ਨੂੰ ਗਏ, ਚਮਕੀਲਾ ਵਾਜ਼ ਅ ਡਿਫਰੈਂਟ ਪਰਸਨ, ਠੀਕ ਹੈ। ਉਹਨੇ ਡਿਫਰੈਂਟ ਤਰੀਕੇ ਦੇ ਗਾਣੇ ਗਾਏ, ਡਿਫਰੈਂਟ ਟਾਈਮ ਸੀਗਾ ਉਹ, ਠੀਕ ਹੈ। ਸੋ ਉਹ ਨਹੀਂ ਮੈਚ ਹੋ ਸਕਦਾ, ਪਲੀਜ਼ ਉਹਨਾਂ ਨੂੰ ਨਾ ਮੈਚ ਕਰਿਆ ਕਰੋ ਕਿ ਲੈਜੈਂਡਸ ਨੇ ਬਸ ਇਹ ਕਰਕੇ ਫਰਕ ਹੈ ਬਹੁਤ। ਮੂਸੇਵਾਲਾ ਕਿਸੇ ਨਾਲ ਕੰਪੇਅਰ ਨਹੀਂ ਹੋ ਸਕਦਾ, ਸੋਰੀ। ਹਮ ਗਾਣੇ ਬਜਾਣੇ ਵਾਲੇ, ਹਮਾਰਾ ਕਾਮ ਹੈ ਗੀਤ ਗਾਣਾ, ਤੁਮ ਗਾਏਂਗੇ। ਮੁਝੇ ਆਪਣੇ ਆਪ ਕੋ ਕਹਿੰਦੇ ਨੇ, ਕਹਿੰਦੇ ਕਿ ਵੈਸੇ ਬਾਲਾ ਤਕੜੀ ਚੀਜ਼ ਉਦੋਂ ਮਤਲਬ ਕਰਤੀ ਚਮਕੀਲੇ ਨੇ ਨਾ ਇੱਕ ਵਾਰੀ, ਹਰ ਹਾਈ ਰਿਕਾਰਡ ਸੈਲਿੰਗ ਆਰਟਿਸਟ ਆਫ ਪੰਜਾਬ। ਮੁਝੇ ਆਪਣੇ ਆਪ ਕੋ ਨਾ ਬੜੇ ਪਰਦੇ ਵਿੱਚ ਦੇਖਣੇ ਕਾ ਬੜਾ ਸ਼ੌਕ ਹੈ, ਪਹਿਲੇ ਤੋਂ ਮੈਂ ਹੀਰੋ ਹੀ ਬਣਨਾ ਚਾਹਤਾ ਥਾ। ਅੱਛਾ, ਮੈਂ ਵੀ। ਸਾਰੇ ਪੰਜਾਬੀ ਇਹੀ ਚਾਹਤੇ ਹੈ। ਗੱਲ ਤਾਂ ਠੀਕ ਹੈ। 12 ਅਪ੍ਰੈਲ ਨੂੰ ਆਊਗੀ ਜੀ, ਸੋ ਦੇਖਦੇ ਹਾਂ ਕਿਵੇਂ ਹੈ ਕੀ ਹੈ। ਲਾਈਕ ਜਸਟੀਫਿਕੇਸ਼ਨ ਤਾਂ ਚਲੋ ਮੈਂ ਮੰਨਦਾ ਦਿੱਤੀ ਗਈ ਹੈ ਕਿਤੇ ਨਾ ਕਿਤੇ, ਬਟ ਜੇ ਆਪਾਂ ਦੇਖੀਏ ਇਸ ਗੱਲ ਨੂੰ ਤਾਂ ਹਾਂ, ਕਿਤੇ ਨਾ ਕਿਤੇ ਚਮਕੀਲੇ ਨੇ ਗਾਣੇ ਤਾਂ ਇੱਦਾਂ ਦੇ ਗਾਏ ਨੇ ਕਿ ਜਿਹੜੇ ਆਪਾਂ ਫੈਮਿਲੀ ਵਿੱਚ ਨਹੀਂ ਸੁਣ ਸਕਦੇ ਬਹਿ ਕੇ, ਹੈ ਨਾ। ਬਟ ਉਹਦੀਆਂ ਤਰਜਾਂ ਵੀ ਅੱਜ ਵੀ ਯੂਜ਼ ਹੁੰਦੀਆਂ ਨੇ, ਉਹ ਬੰਦੇ ਦੇ ਧੋਖਾ ਨਹੀਂ ਕਮਾਈ ਦਾ, ਸਾਥੋਂ ਖੋਲਿਆ ਬਾਬਾ ਤੇਰਾ ਨਨਕਾਣਾ, ਐਸੇ ਕਈ ਬਹੁਤ ਚੰਗੇ ਗੀਤ ਵੀ ਹੈਗੇ ਨੇ, ਠੀਕ ਆ। ਉਹ ਡਿਮਾਂਡ ਅਤੇ ਸਪਲਾਈ ਦੀ ਗੱਲ ਆ, ਸਾਰੀ ਡਿਮਾਂਡ ਹੀ ਗੰਦੇ ਗਾਣਿਆਂ ਦੀ ਸੀਗੀ, ਉਹਨੇ ਗਾਏ, ਉਹਨੇ ਇਕੱਲੇ ਨੇ ਨਹੀਂ ਗਾਏ, ਹੋਰ ਬਹੁਤ ਐਸੇ ਕਲਾਕਾਰ ਨੇ, ਤੁਹਾਨੂੰ ਨਾਂ ਸਭ ਦਾ ਪਤਾ ਬਥੇਰਿਆਂ ਦਾ, ਹੈ ਨਾ। ਅੱਜ ਵੀ ਕਰਦੇ ਆ ਕਈ, ਤਾਂ ਉਹ ਵੀ ਬਹੁਤ ਗਾਣੇ ਹਿੱਟ ਹੋ ਜਾਂਦੇ ਆ। ਸੋ ਇਹ ਚੀਜ਼ ਆ ਕਿ ਡਿਮਾਂਡ ਜਦੋਂ ਹੈਗੀ ਆ ਤਾਂ ਫਿਰ ਸਪਲਾਈ ਤਾਂ ਹੈਗੀ ਹੋ ਆ, ਬਾਕੀ ਆਪਾਂ ਨੂੰ ਪਤਾ ਉਹ ਵੋਲਿਊਮ 1 ਵਗੈਰਾ ਹਨੀ ਸਿੰਘ ਹੋਰਾਂ ਵਾਲੇ, ਠੀਕ ਹੈ। ਗਾਣੇ ਉਹ ਵੀ ਤਾਂ ਆਏ ਨਾ, ਇੰਨਾ ਚੱਲਿਆ ਬਥੇਰੇ ਗਾਣੇ, ਆਲਮੋਸਟ ਹਰ ਬੱਚੇ ਨੂੰ ਉਹ ਗਾਣੇ ਦਾ ਅੱਜ ਵੀ ਪਤਾ। ਸੋ ਇਹ ਗੱਲ ਹੈ ਨਾ ਕਿ ਉਹ ਗਾਣੇ ਅੱਜ ਵੀ ਵਰਕ ਕਰਦੇ ਨੇ, ਯੂਟਿਊਬ 'ਤੇ ਪਏ ਨੇ, ਉਹਨਾਂ ਦੇ ਵਿਊਜ਼ ਹੈਗੇ ਨੇ, ਚਾਹੇ ਕੇਸ ਚੱਲ ਰਹੇ ਨੇ, ਚਾਹੇ ਹਨੀ ਸਿੰਘ ਉਸ ਚੀਜ਼ ਤੋਂ ਮੁੱਕਰ ਚੁੱਕਿਆ, ਹੈ ਨਾ, ਬਾਦਸ਼ਾਹ ਹੋਰੀ ਸਾਰੇ ਕਹਿ ਚੁੱਕੇ ਅਸੀਂ ਨਹੀਂ ਕੁਛ ਕੀਤਾ, ਮੰਨਦੇ ਹਾਂ, ਠੀਕ ਹੈ ਭਾਈ। ਪਰ ਉਹ ਗਾਣੇ ਤਾਂ ਅੱਜ ਤੱਕ ਯੂਟਿਊਬ ਤੋਂ ਹਟਾਏ ਨਹੀਂ ਨਾ ਗਏ, ਸਾਡਾ ਸਿਸਟਮ ਹੀ ਬੜਾ ਅਲੱਗ ਤਰੀਕੇ ਦਾ, ਹੈ ਨਾ। ਸੋ ਇਹ ਗੱਲ ਹੈ, ਡਿਮਾਂਡ ਅਤੇ ਸਪਲਾਈ ਦੀ ਗੱਲ ਹੈ ਸਾਰੀ, ਜਿਵੇਂ ਤਾਂ ਡਿਮਾਂਡ ਹੋ ਗਈ ਉਦੋਂ ਤਾਂ ਸਪਲਾਈ ਹੋ ਗਈ, ਬਸ। ਸਤਿ ਸ਼੍ਰੀ ਅਕਾਲ।